ਸਰਜੀਤ ਸਿੰਘ ਸਹੋਤਾ ਜੁਕੇ ਅਤੇ ਸੰਗਤ ਸਮਾਲ ਸਕੇਲ ਇੰਡਸਟਰੀਜ਼ ਐਸੋਸੀਏਸ਼ਨ ਦੇ ਬਡਮੁੱਲੇ ਸਹਿਯੋਗ ਨਾਲ ਬਾਬਾ ਮੁਕੰਦ ਸਿੰਘ ਗਲੀ ਨੰਬਰ 8 ਡਾਬਾ ਰੋਡ ਵਿਖੇ ਐਸੋਸੀਏਸ਼ਨ ਦੇ ਪ੍ਰਧਾਨ ਅਮਰਜੀਤ ਸਿੰਘ ਚੌਹਾਨ, ਹਰਮੀਤ ਸਿੰਘ ਹਰੀ ਅਤੇ ਉਹਨਾਂ ਦੇ ਟੀਮ ਮੈਂਬਰਾਂ ਦੀ ਦੇਖ ਰੇਖ ਹੇਠ ਮੁਫ਼ਤ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਵਿੱਚ ਮਾਹਰ ਡਾਕਟਰਾਂ ਦੀ ਟੀਮ ਵੱਲੋਂ ਮੈਮੋਗ੍ਰਾਫੀ, PSA, ECG, ਬਲੱਡ ਪ੍ਰੈਸ਼ਰ, ਸ਼ੂਗਰ ਅਤੇ ਬੱਚੇਦਾਨੀ ਦਾ ਕੈਂਸਰ ਟੈਸਟ ਕਰਨ ਉਪਰੰਤ ਲੋੜਵੰਦਾਂ ਨੂੰ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਇਸ ਮੌਕੇ ਹਰਜੀਤ ਸਿੰਘ ਖੁਰਲ ਨੇ ਕਿਹਾ ਹੈ ਕਿ ਕੈਂਸਰ ਰੋਕੋ ਸੰਸਥਾ ਵੱਲੋਂ ਇਸ ਨਾਮੁਰਾਦ ਬਿਮਾਰੀ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਅਤੇ ਉਸ ਦੇ ਇਲਾਜ ਲਈ ਲਗਾਏ ਜਾ ਰਹੇ ਫ੍ਰੀ ਚੈੱਕਅਪ ਕੈਂਪਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਥੋੜ੍ਹੀ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਮੋਹਨ ਸਿੰਘ ਚੌਹਾਨ, ਸੋਹਨ ਸਿੰਘ ਗੋਗਾ ਤੋਂ ਇਲਾਵਾ ਹੋਰ ਪਤਵੰਤੇ ਸੱਜਣ ਵੀ ਮੌਜੂਦ ਸਨ। ਅਸੀਂ ਬਹੁਤ ਧੰਨਵਾਦੀ ਹਾਂ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਲੁਧਿਆਣਾ ਵੱਲੋਂ ਔਰ ਸਰਦਾਰ ਅਜੀਤ ਸਿੰਘ ਜੀ, ਰੋਕੋ ਕੈਂਸਰ ਸੰਸਥਾ ਦੇ ਮੁਖੀ, ਇੰਗਲੈਂਡ UK ਤੋਂ ਹੌਸਲੋ ਦੀ ਸੰਗਤ, ਜਿਨ੍ਹਾਂ ਨੇ ਇਹ ਸਾਰਾ ਉਪਰਾਲਾ ਕਰਕੇ ਪੰਜਾਬ ਦੇ ਵਿੱਚ ਲੜੀਵਾਰ ਕਰੀਬ 10 ਕੈਂਪ ਲਾਉਣ ਦਾ ਉਪਰਾਲਾ ਕੀਤਾ, ਜਿਹਦੇ ਵਿੱਚ ਕੈਂਸਰ ਦੇ ਔਰ ਹੋਰ ਭਿਆਨਕ ਬਿਮਾਰੀਆਂ ਦੇ ਰੋਗਾਂ ਦੇ ਟੈਸਟ ਕੀਤੇ ਜਾਂਦੇ ਨੇ। ਉਸ ਦੇ ਨਾਲ ਨਾਲ ਅਸੀਂ ਇਸ ਗੱਲ ਦੇ ਆਪ ਸੰਗਤਾਂ ਨੂੰ ਉਹਨਾਂ ਦਾ ਸੰਗਤਾਂ ਵੱਲੋਂ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ 2 ਕੈਂਪ ਲੁਧਿਆਣੇ ਵਾਸਤੇ ਮਿਲੇ ਨੇ। ਉਹਨਾਂ ਦੇ ਵਿੱਚੋਂ 1 ਕੈਂਪ ਪਹਿਲਾਂ ਲੱਗ ਚੁੱਕਿਆ ਅਰਬਨ ਸਟੇਟ ਵਿਖੇ, ਦੂਸਰਾ ਕੈਂਪ ਸਮਾਲ ਸਕੇਲ ਇੰਡਸਟਰੀ ਐਸੋਸੀਏਸ਼ਨ ਡਾਬਾ ਰੋਡ ਲੁਧਿਆਣਾ ਵਾਲਿਆਂ ਨੂੰ ਮਿਲਿਆ। ਇਹਨਾਂ ਦੇ ਵਿੱਚ ਸਰਦਾਰ ਅਗਵਾਈ ਜਿਹੜੇ ਵਿਸ਼ੇਸ਼ ਅਰੇਂਜਮੈਂਟ ਕੀਤੇ ਨੇ ਸਰ ਹਰਮੀਤ ਸਿੰਘ ਜੀ, ਹਰੀ ਜੀ, ਇਹਨਾਂ ਨੇ ਵਿਸ਼ੇਸ਼ ਤੌਰ 'ਤੇ ਆਪਣੇ ਫੈਕਟਰੀ ਦੇ ਵਿੱਚ ਸਾਰੇ ਅਰੇਂਜਮੈਂਟ ਕਰਕੇ ਸੰਗਤਾਂ ਦੀ ਸੇਵਾ ਕੀਤਾ। ਤੋ ਸਾਰੀਆਂ ਸੰਗਤਾਂ ਨੇ, ਇਲਾਕੇ ਦੀਆਂ ਸਮੂਹ ਧਾਰਮਿਕ ਜਥੇਬੰਦੀਆਂ ਨੇ, ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ ਨੇ, ਔਰ ਇਹਦੇ ਵਿੱਚ ਲੰਗਰ ਪਾਣੀ ਦਾ ਟੁੱਟ ਇੰਤਜ਼ਾਮ ਔਰ ਸੰਗਤਾਂ ਦੀ ਸੇਵਾ ਦਾ, ਦਵਾਈਆਂ ਦਾ ਮੁਫ਼ਤ ਇੰਤਜ਼ਾਮ ਕਰਨ ਦਾ ਉਪਰਾਲਾ ਕੀਤਾ ਹੈ। ਔਰ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਪੁਰੀ। ਬੇਸਿਕਲੀ ਅੱਜ ਆਪਾਂ ਲੁਧਿਆਣੇ ਆਏ ਹਾਂ, ਇੱਥੇ ਰੋਕੋ ਕੈਂਸਰ ਦਾ ਕੈਂਪ ਲੱਗਾ। ਰੋਕੋ ਕੈਂਸਰ ਇੱਕ ਸੰਸਥਾ ਹੈਗੀ ਹੈ ਜਿਹੜੀ ਸਾਨੂੰ 2000 ਦੇ ਅੰਦਰ ਤੋਂ ਕੰਮ ਕਰ ਰਹੀ ਹੈ ਪੰਜਾਬ ਦੇ ਅੰਦਰ। ਸਾਡਾ ਜਿਹੜਾ ਬੇਸਿਕ ਮੋਟਿਵ ਇਹ ਹੈ ਕਿ ਅਰਲੀ ਅਵੇਅਰਨੈਸ, ਪਹਿਲਾਂ ਲੋਕਾਂ ਨੂੰ ਪਤਾ ਲੱਗੇ, ਐਂਡ ਅਰਲੀ ਡਿਟੈਕਸ਼ਨ। ਪਹਿਲੀ ਜੇ ਕਿਸੇ ਨੂੰ ਕੈਂਸਰ ਹੈ ਆਪਾਂ ਪਹਿਲੀ ਸਟੇਜ 'ਤੇ ਹੀ ਡਿਟੈਕਟ ਕਰ ਲਈਏ। ਅੱਜ ਸਾਡਾ ਥੋੜ੍ਹਾ ਜਿਹਾ ਫੈਕਟਰੀ ਏਰੀਆ ਦੇ ਵਿੱਚ ਕੈਂਪ ਹੈ, ਉਹਦੇ ਅੰਦਰ ਇਹ ਹੈ ਕਿ ਆਪਾਂ ਥੋੜ੍ਹਾ ਲੇਬਰ ਕਲਾਸ ਨੂੰ ਪਲੱਸ ਇੱਦਾਂ ਦੇ ਗਰੀਬ ਜਿਹੜੇ ਪਰਿਵਾਰ ਹੈ ਸਾਡੇ ਲਾਗੇ ਛਾਗੇ ਰਹਿੰਦੇ ਆ, ਉਹਨਾਂ ਦੀ ਆਪਾਂ ਟੇਕ ਕੇਅਰ ਕਰ ਸਕਦੇ ਹਾਂ, ਉਹਨਾਂ ਦੀ ਮਦਦ ਕਰ ਸਕਦੇ ਹਾਂ। ਸਾਡੀ ਪੂਰੀ ਪੂਰੀ ਕੋਸ਼ਿਸ਼ ਹੋਏਗੀ ਕਿ ਵੱਧ ਤੋਂ ਵੱਧ ਇੱਥੇ ਪੇਸ਼ੈਂਟਸ ਆਣ, ਵੱਧ ਤੋਂ ਵੱਧ ਉਹ ਲਾਹਾ ਲੈਣ। ਬੇਸਿਕਲੀ 3 ਤਰ੍ਹਾਂ ਦੇ ਆਪਾਂ ਇੱਥੇ ਟੈਸਟ ਕਰ ਰਹੇ ਹਾਂ। ਸਭ ਤੋਂ ਪਹਿਲਾ ਟੈਸਟ ਜਿਹੜਾ ਉਹ PSA ਹੈ, ਗਦੂਦਾਂ ਦਾ ਅਤੇ ਗਦੂਦਾਂ ਦੇ ਕੈਂਸਰ ਦਾ ਟੈਸਟ। ਦੂਸਰਾ ਜਿਹੜਾ ਟੈਸਟ ਹੈ ਉਹ ਜਨਾਨੀਆਂ ਦੀ ਬੱਚੇਦਾਨੀ ਦਾ ਟੈਸਟ ਹੈ। ਤੀਸਰਾ ਜਿਹੜਾ ਟੈਸਟ ਹੈ ਉਹ ਜਨਾਨੀਆਂ ਦੀ ਮੈਮੋਗ੍ਰਾਫੀ ਹੈ, ਠੀਕ ਹੈ। ਜੇ ਮੈਂ ਓਵਰਆਲ ਕੋਸਟਿੰਗ ਦੱਸਾਂ ਇਹਨਾਂ ਦੀ, ਤਾਂ ਮੈਮੋਗ੍ਰਾਫੀ 3000 ਰੁਪਏ ਦੀ ਹੈ, ਬੱਚੇਦਾਨੀ ਦਾ ਟੈਸਟ 700 ਰੁਪਏ ਦਾ ਹੈ, ਗਦੂਦਾ ਦਾ ਟੈਸਟ 600 ਰੁਪਏ ਦਾ ਹੈ। ਇਹ ਜਿਹੜਾ ਇੱਥੇ ਆਪਾਂ ਬਿਲਕੁਲ ਫ੍ਰੀ ਆਫ ਕੋਸਟ ਕਰ ਰਹੇ ਹਾਂ, 1 ਰੁਪਿਆ ਵੀ ਨਹੀਂ ਲੈ ਰਹੇ। ਅਤੇ ਇਹ ਜਿਹੜਾ ਆ ਹੌਸਲੋ ਗੁਰਦੁਆਰੇ UK ਤੋਂ, ਉਹਨਾਂ ਨੇ ਇਹ ਕੈਂਪ ਜਿਹੜਾ ਅੱਜ ਦਾ ਸਪੋਂਸਰ ਕੀਤਾ ਆ। ਐਂਡ ਇੱਥੇ ਭਾਅ ਜੀ ਹੁਣਾਂ ਨੇ ਟੇਕ ਕੇਅਰ ਕੀਤੀ ਆ ਪੂਰੀ, ਉਹਨਾਂ ਨੇ ਕਿਹਾ ਕਿ ਆਪਾਂ ਸਾਰਾ ਜਿਹਾ ਸਾਰਾ ਧਿਆਨ ਰੱਖਾਂਗੇ। ਅੱਜ ਕੱਲ੍ਹ ਦੇ ਸਮੇਂ 'ਚ ਕਿਸੇ ਨੂੰ ਵੀ ਕੈਂਸਰ ਹੋ ਸਕਦਾ ਹੈ, ਕਾਮਨ ਪ੍ਰੋਬਲਮ ਹੋ ਚੁੱਕੀ ਹੈ। ਇੱਕ ਸਾਡਾ ਲਾਈਫ ਸਟਾਈਲ, ਦੂਸਰਾ ਜੋ ਵੀ ਅਸੀਂ ਇਨਸੈਕਟੀਸਾਈਡਸ ਯੂਜ਼ ਕਰ ਰਹੇ ਹਾਂ, ਪੈਸਟੀਸਾਈਡਸ ਯੂਜ਼ ਕਰ ਰਹੇ ਹਾਂ, ਜੋ ਵੀ ਅਸੀਂ ਵਾਟਰ ਪ੍ਰੋਬਲਮਸ ਹੈ, ਅੱਜ ਕੱਲ੍ਹ ਕੈਮੀਕਲਸ ਯੂਜ਼ ਹੋ ਰਹੇ ਹੈ, ਉਹਦੇ ਕਰਕੇ ਕੈਂਸਰ ਬਹੁਤ ਜ਼ਿਆਦਾ ਫੈਲ ਰਿਹਾ। ਜੋ ਕਿ ਅਸੀਂ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਜੰਕ ਫੂਡ ਜ਼ਿਆਦਾ ਲੈ ਰਹੇ ਹਾਂ, ਅਤੇ ਬਹੁਤ ਸਾਰੇ ਕਾਰਨ ਆ, ਜੋ ਸਾਡੀ ਜੀਨਸ 'ਚ ਮਿਊਟੇਸ਼ਨਸ ਆਉਣੀਆਂ ਸ਼ੁਰੂ ਹੋ ਜਾਂਦੀਆਂ, ਉਦੋਂ ਕੈਂਸਰ ਦਾ ਰੂਪ ਸ਼ੁਰੂ ਹੋ ਜਾਂਦਾ, ਉਦੋਂ ਸਾਡੀ ਬਾਡੀ 'ਚ ਕੈਂਸਰ ਬਣਨਾ ਸ਼ੁਰੂ ਹੋ ਜਾਂਦਾ, ਅਤੇ ਸਿਰਫ ਉਹਨੂੰ ਕੁਝ ਚੀਜ਼ਾਂ ਚਾਹੀਦੀਆਂ ਹੁੰਦੀਆਂ ਜਦੋਂ ਖੁਦ ਜਾਗ ਪੈਂਦਾ ਆ। ਇਸ ਤੋਂ ਇਲਾਵਾ ਅਸੀਂ ਗੱਲ ਕਰੀਏ ਸਰਵਿਕਸ ਕੈਂਸਰ ਦੀ, ਜਿਹਨੂੰ ਅਸੀਂ ਬੱਚੇਦਾਨੀ ਦਾ ਕੈਂਸਰ ਬੋਲਦੇ ਹਾਂ। ਕਿਸੇ ਨੂੰ ਪਾਣੀ ਦੀ ਪ੍ਰੋਬਲਮ ਰਹਿੰਦੀ ਹੈ, ਜਿਹਨੂੰ ਅਸੀਂ ਲੋਕੋਰੀਆ ਕਹਿੰਦੇ ਹਾਂ, ਡਿਸਚਾਰਜ ਪ੍ਰੋਬਲਮ ਰਹਿੰਦੀ ਹੈ, ਜਾਂ ਫਿਰ ਕਿਸੇ ਨੂੰ ਬੈਕ ਪ੍ਰੋਬਲਮ ਬਹੁਤ ਰਹਿੰਦੇ ਆ, ਇੰਟਰਕੋਰਸ ਦੇ ਟਾਈਮ ਲੇਡੀ ਨੂੰ ਬਲੀਡਿੰਗ ਹੁੰਦੀ ਹੈ, ਜਾਂ ਫਿਰ ਕੋਈ ਵੀ ਅਜਿਹੀ ਪ੍ਰੋਬਲਮ ਜਿਹਦੇ ਕਰਕੇ ਉਹਨੂੰ ਹਮੇਸ਼ਾ ਬਾਡੀ 'ਚ ਥਕਾਵਟ ਰਹਿੰਦੀ ਹੈ, ਜਾਂ ਉਹਨੂੰ ਕੋਈ ਵੀ ਜੈਨੀਟਲ ਵਾਟ ਹੈ ਜੋ ਠੀਕ ਨਹੀਂ ਹੋ ਰਿਹਾ, ਜਾਂ ਫਿਰ ਕੋਈ ਇਨਫੈਕਸ਼ਨ ਉਹਨੂੰ ਬਾਰ ਬਾਰ ਹੋ ਜਾਂਦੀ ਹੈ, ਅਤੇ ਇਹ ਜੋ ਚੀਜ਼ਾਂ ਉਹਨੂੰ ਕੈਂਸਰ ਲਈ ਬਹੁਤ ਜਲਦੀ ਕੈਂਸਰ ਦਾ ਰੂਪ ਧਾਰਨ ਕਰ ਸਕਦੇ ਆ। ਅਗਰ ਕਿਸੇ ਨੂੰ ਇਹ ਪ੍ਰੋਬਲਮਸ ਹੈ ਤਾਂ ਤੁਸੀਂ ਆਪਣਾ ਟੈਸਟ ਜ਼ਰੂਰ ਕਰਾਓ, ਪੈਪਸਮੀਅਰ ਟੈਸਟ ਜ਼ਰੂਰ ਕਰਾਓ, ਕਿਉਂਕਿ ਇਹਦਾ ਕੋਈ ਨੁਕਸਾਨ ਨਹੀਂ ਆ। ਅਗਰ ਜ਼ਰੂਰੀ ਨਹੀਂ ਕਿਸੇ ਨੂੰ ਪ੍ਰੋਬਲਮ ਹੈ, ਕਿਸੇ ਨੂੰ ਸਿਮਟਮਸ ਹੈ, ਤਾਂ ਹੀ ਟੈਸਟ ਕਰਾਉਣਾ ਚਾਹੀਦਾ। ਇਹ ਰੈਗੂਲਰ ਚੈੱਕਅਪ, ਆਪਣੀ ਰੂਟੀਨ ਬਣਾਓ, ਰੈਗੂਲਰ ਚੈੱਕਅਪ 'ਚ ਇੰਕਲੂਡ ਕਰੋ ਮੈਮੋਗ੍ਰਾਫੀ, ਪੈਪਸਮੀਅਰ, ਨਹੀਂ ਤਾਂ ਆਪਣਾ CBC ਜ਼ਰੂਰ ਕਰਾਇਆ ਕਰੋ, CBC ਕੰਪਲੀਟ ਬਲੱਡ ਕਾਊਂਟ,
ਸਾਨੂੰ 6 ਮਹੀਨੇ 'ਚ ਇੱਕ ਵਾਰੀ ਜ਼ਰੂਰ ਕਰਾਉਣਾ ਚਾਹੀਦਾ ਜਦ ਤੋਂ ਪਤਾ ਚੱਲਦਾ ਕਿ ਸਾਡੇ ਬੋਡੀ ਸੈਲਸ ਬਿਲਕੁਲ ਨੋਰਮਲ ਰੇਂਜ 'ਚ ਹੈਗੇ ਹੈ ਕਿਉਂਕਿ ਜਦੋਂ ਵੀ ਕੈਂਸਰ ਹੁੰਦਾ ਸਭ ਤੋਂ ਪਹਿਲਾਂ ਇਹਨਾਂ ਦੀ ਵੈਲਿਊ ਬਹੁਤ ਜ਼ਿਆਦਾ ਵੱਧ ਜਾਂਦੀ ਹੈ ਅਤੇ ਮੇਰੀ ਇਹੀ ਰਿਕੁਐਸਟ ਹੈ ਜੋ ਵੀ ਇਹ ਵੀਡੀਓ ਦੇਖ ਰਹੇ ਜਾਂ ਕੁਛ ਵੀ ਸੁਣ ਰਹੇ ਹੈ ਅਤੇ ਜੋ ਤੁਸੀਂ ਨਹੀਂ ਸੁਣ ਪਾ ਰਹੇ ਤੁਸੀਂ ਉਹਨਾਂ ਨੂੰ ਵੀ ਇਹ ਸਿਮਟਮਸ ਦੱਸੋ ਕਿ ਕਿਵੇਂ ਕੈਂਸਰ ਫੈਲਦਾ ਅਤੇ ਤੁਸੀਂ ਵੀ ਰੋਕੋ ਕੈਂਸਰ ਦਾ ਹਿੱਸਾ ਬਣੋ ਥੈਂਕ ਯੂ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ ਡੋਟ ਪੰਜਾਬੀ ਯੂਅਰ ਸਿਟੀ ਯੂਅਰ ਨਿਊਜ਼